ਜੀ ਅਸਲਾਮ ਵਾਲੇਕੁਮ, ਕਹਿਰਾ ਠੀਕ ਹੋ ਤੁਸਾਂ ਮਾੜੇ ਭੈਣ ਭਰਾ? ਮੈਂ ਵੀ ਠੀਕ ਠਾਕ ਹਾਂ। ਅੱਲਾਹ ਤਾਲਾ ਲੱਖ ਲੱਖ ਸ਼ੁਕਰ ਹੈ, ਕਰੋ ਸ਼ੁਕਰ ਸ਼ੁਕਰ ਹੈ, ਜਿਤਨਾ ਸ਼ੁਕਰ ਅਦਾ ਕਰਾਂ ਉਤਨਾ ਹੀ ਥੋੜ੍ਹਾ ਵੈ ਤਾਂ। ਔਰ ਮੈਂ ਹੁਣ ਭਾਂਡੇ ਧੋਤੇ ਨੇ ਸਵੇਰੇ ਨੇ, ਹੁਣ ਪਰਾਂਠੇ ਬਣਾਏ ਨੇ, ਅੱਜ ਕੋਈ ਆਣੀ ਸੀ ਦਾਲ ਬਣਤੀ ਹੈ, ਪਰਾਂਠੇ ਬਣਾਓ। ਨਾਲ ਬਣਾਈ ਸੀ ਕਲੇਜੀ, ਤਾਂ ਬਣਾਉਣੀ ਮੈਂ ਕੁੱਕੜਾਂ ਨਹੀਂ ਹੋਣੀਆਂ, ਮੈਂ ਬਕਰੇ ਛਕਰੇ ਇੰਨਾ ਮੈਂ ਬਣਾਉਣੀ, ਉਹ ਬਹੁਤ ਸੁੱਕੀ ਸੁੱਕੀ ਲੱਗਣੀ ਹੋਈ ਵੀ ਕਿ ਬਿਲਕੁਲ ਨਹੀਂ ਚੰਗੀ ਲੱਗਣੀ। ਅਤੇ ਜਿਹੜੀ ਕੁੱਕੜਾਂ ਨਹੀਂ ਹੋਣੀਆਂ ਨੇ, ਚੂਜ਼ਿਆਂ ਨੇ ਜਾਂ ਉਹ ਵੀ ਬਹੁਤ ਪਸੰਦ ਆ, ਉਹ ਮੈਂ ਸਹੀ ਸੋਹਣੀ ਜਿਹੀ ਬਣਾਈ ਕਿ ਨਹੀਂ ਆ ਤਾਂ ਮੈਂ ਪਸੰਦ ਆ ਜਿਹੜੀ ਕਿ। ਤਾਂ ਜਿਹੜਾ ਅਸਾਂ ਥੋੜ੍ਹੀਆਂ ਜਿਹੀਆਂ ਬੰਦਿਆਂ ਦੀਆਂ ਉਮਰਾਂ ਥੋੜ੍ਹੀਆਂ ਜਿਹੀਆਂ ਗੇਰਾਂ ਜਾਣੀਆਂ, ਫਿਰ ਅਸਾਂ ਆਪਣੀ ਘੈਰ ਸ਼ੁਰੂ ਕਰੀ ਕਿੰਨੇ ਹੱਥਾਂ ਕਿ ਭਾਂਡੇ ਧੋਸਾਂ, ਫਿਰ ਕਰੀਮ ਸ਼ਰੀਮ ਲਾਸਾਂ ਵਜਾਉਣਾ ਹੋਏ ਹੱਥਾਂ ਕਿ ਚੁੜੀਆਂ ਛੁੜੀਆਂ ਨਾ ਆਉਣ, ਸੋਹਣੇ ਲੱਗਣ ਹੋਏ, ਸੋਫਟ ਸੋਫਟ ਲੱਗਣ ਬਈ ਹੈ, ਬੜਾ ਮਤਲਬ ਇਹ ਆ ਬਈ ਜੇ ਚਿਰ ਜਵਾਨ ਰਹਿਣੇ ਆ ਨਾ ਤਾਂ ਕੋਈ ਅਸਾਂ ਕੀ ਨਹੀਂ ਹੋਣੀ ਕਿ ਕੋਈ ਕਰੀਮ ਲਾਂ ਜਾਂ ਮੂੰਹੇ ਕੀ ਜ਼ਹਿਰ ਹੈ, ਉਸ ਵੇਲੇ ਸਕਿਨ ਨਾਈਸ ਹੋਣੀ ਹੈ, ਸੋਹਣੀ ਹੋਣੀ ਹੈ, ਉਸ ਵੇਲੇ ਅਸਾਂ ਕੀ ਪਰਵਾਹ ਹੋਣੀ ਹੀ ਕੋਈ ਨਹੀਂ ਹੈ। ਜ਼ਰੂਰ ਆਉਂਦੀ ਸੀ ਤਾਂ ਫਿਰ ਇਹ ਬਹੁਤ ਸੋਫਟ ਸੋਫਟ ਸੀ ਇਹ ਵੀ ਹੈ। ਅਸੀਂ ਮੈਂ ਥੋੜ੍ਹਾ ਫਰਿੱਜ ਵਿੱਚ ਰੱਖਾਂ ਜੇ ਬਹੁਤ ਹੋਈਆਂ, ਤਾਂ ਕੀ ਖਜੂਰ ਇੱਥੇ ਇਤਨੀ ਮੋਟੀ ਇਤਨੀ ਸੋਹਣੀ, ਮੈਂ ਤਕਰੀਬਨ ਕੋਈ ਇੱਕ ਅੱਧ ਖਜੂਰਾਂ ਦਾ ਪੀਸ ਕੱਢੀ ਤੈਨਾਂ ਇੱਕ ਯਾਦ ਦਿਓ ਖਾਈ ਛੋੜਿਆ ਕਰੋ, ਕਿਉਂਕਿ ਖਜੂਰਾਂ 'ਚ ਜਿਤਨੀ ਤਾਕਤ ਹੈ ਨਾ ਉਤਨੀ ਕਿਸੇ ਚੀਜ਼ਾਂ 'ਚ ਨਹੀਂ ਤਾਕਤ। ਤੁਸਾਂ ਆਖੋ ਸ਼ਹਿਦਾਈ ਕਿਆ ਕਰਨੀ ਹੈ, ਮੈਂ ਇਸਕੀ ਨਾਲ ਧੋਣੀ ਵੀ ਹੋਣੀ ਆ ਹੈ, ਇਸਕੀ ਧੋਈ ਤਾਂ ਬਾਹਰੋਂ ਧੋ ਸਾਂ ਉਸਕੀ ਤਰ੍ਹਾਂ ਹੈਗਾ। ਹੁਣ ਕੁੜੀ ਕੀ ਦੱਸਾਂ ਜੇ ਉਸ ਖਾਈ ਕੇ ਦਿਸਦਾ ਹੈ, ਦੋ ਪੀਸ ਤਰੇ ਪੀਸ ਕੱਢੀ ਕਰਾਂ ਨਾ ਖਾਈ ਹੋਇਆ ਕਰੋ। ਚਲੋ ਹੁਣ ਜੁਲੀਆਂ ਇੱਕ ਪੀਸ ਦੇ ਚਾਂਸ ਸਭਾ ਕੀ ਖਾਣੀ ਹੈ ਜਾਂ ਕਿਆ ਕਰਨੀ ਹੈ, ਹਾਂ ਸਭਾ ਖਜੂਰ ਸਹਿਮ ਹੈ ਸਹਿਮ ਸਹਿਮ ਵਿੱਚ ਕਹਿਵੇ ਮਜ਼ਾ ਕਰੇ ਮੈਨੀਆਂ ਬੰਦਿਓ ਬੰਦਿਓ ਆਪਣੀਆਂ ਅਸਾਂ ਬੰਦਾ ਨਹੀਂ ਰਹਿਣਾ, ਬੰਦੇ ਦੀਆਂ ਯਾਦਾਂ ਪਿੱਛੇ ਰਹਿਣੀਆਂ, ਤਾਂ ਆਪਣੀਆਂ ਅੱਛੀਆਂ ਯਾਦਾਂ ਪਿੱਛੇ ਛੋੜ ਤੇ ਜਾਓ ਕਿ ਕੋਈ ਮਰੀ ਜਾਓ ਉਹਨਾਂ ਦੇ ਪਿੱਛੇ ਕੋਈ ਯਾਦ ਵੀ ਕਰਸੀ, ਐਸੇ ਕਰਨਾਮੇ ਉਹਨਾਂ ਨੇ ਆਪਣੀਆਂ ਯਾਦਾਂ ਦੇ ਲੋਕਾਂ ਨੇ ਦਿਲਾਂ ਵਿੱਚ ਛੋੜ ਤੇ ਜਾਓ ਕਿ ਕੋਈ ਅੱਛੇ ਲਫ਼ਜ਼ਾਂ 'ਚ ਯਾਦ ਕਰੇ। ਇਹ ਨਾ ਆਖਣ ਹਾਏ ਚੰਗਾ ਸੀ ਗਿਆ ਮਰੀ, ਹਾਂ ਇਹ ਕਰਨਾ ਹੋਣਾ ਸੀ, ਅਗਰ ਕਿਸੇ ਨਾਲ ਅੱਛਾ ਨਾ ਕਰ ਸਕਣ ਤਾਂ ਬੁਰਾ ਵੀ ਨਾ ਕਰੋ, ਅਗਰ ਤੁਸੀਂ ਇਸ ਕੀ ਖਜੂਰ ਕੀ ਮਸ਼ੀਨਾਂ 'ਚ ਬਾਝਦਾ ਤਾਂ ਦੁੱਧ ਬਾਝਦਾ ਤਾਂ ਗ੍ਰਾਇੰਡ ਕਰ ਦੇਣਾ ਤਾਂ ਪੀਓ ਨਾ, ਮਿਲਕ ਸ਼ੇਕ ਬਣਾਈਦਾ ਉਹ ਵੀ ਤਾਕਤੀ ਹੈ ਲਾ, ਬਹੁਤ ਮਿੱਠੀ ਹੋਣੀ ਓਏ ਖਜੂਰ। ਸੋ ਕਲੇਜੀ ਕਿਸੇ ਬਣਾਉਣੀ, ਮੈਂ ਤਾਂ ਐਸ ਤਾਂ ਬਣਾਉਣੀ ਹਾਂ ਕਲੇਜੀ, ਮਾੜੀ ਥੋੜ੍ਹੀ ਜ਼ਿਆਦਾ ਸੁੱਕ ਭੁੰਨੀ ਹੋਣੀ ਆ, ਤਾਂ ਮਾੜੇ ਜਿਹੜੇ ਹਸਬੈਂਡ ਉਹ ਰੋਲਾ ਬਣੇ ਉਹ ਆਣੇ ਕੋਈ ਥੋੜ੍ਹੀ ਗ੍ਰਾਹ ਲਾਉਣੇ ਵਾਸਤੇ, ਪਤਾ ਅੱਗੇ ਹੀ ਸੁੱਕੀ ਪੁੱਕੀ ਹੋਣੀ ਆ, ਦੇਖੋ ਆਣੇ ਐਤਕੀ ਤੂੰ ਸਹੀ ਸੋਹਣੀ ਨਾਈਸ ਬਣਾਈ ਹੈ ਕਲੇਜੀ ਤੂੰ।
ਕੱਲ ਮਾਰੇ ਭੈਣੋ ਪ੍ਰਭੂ, ਮੈਂ ਕੱਲ ਸਾਰੀ ਦਿਹਾੜੀ ਲੱਗੀ ਰਹੀ ਹਾਂ ਸਮਝੋ। ਇੱਕ ਤਾਂ ਆਂਟੀ ਹੈ, ਦੋ ਆਂਟੀਆਂ ਬਣਾਈਆਂ ਮੈਂ, ਇੱਕ ਇਹ ਬਣਾਈ ਆ ਆਂਟੀ ਅਤੇ ਇੱਕ ਨਾਲ ਬਣਾਈ ਹੈ ਤਲੇ ਮਸਰਾਂ ਦੀ ਦਾਲ, ਇੱਕ ਬਣਾਈ ਸੀ ਮੈਂ ਨਾਲ ਹੀ ਇਕਲੇ ਜੀ ਬਣਾਈ ਹੈ, ਨਾਲ ਹੀ ਫਿਰ ਇਹ ਮਸਰਾਂ ਦੀ ਦਾਲ ਬਣਾਈ ਹੈ ਇਸ ਤਰ੍ਹਾਂ। ਮੈਂ ਇਕਲੇ ਜੀ ਨਾ ਖਾਸਣ ਇਹ ਖਾਈ ਕੀ ਸਨ, ਅਤੇ ਜਿਹੜੇ ਇਹ ਨਾ ਖਾਸ ਉਹ ਖਾਈ ਕੀ ਨਹੀਂ ਸਨ। ਸਹੀ ਹੈ ਨਾ, ਅਧਿਆ ਬੰਦਿਆਂ ਸਾਂ ਉਹ ਖਾਧੀ ਹੈ, ਅਧਿਆ ਇਹ ਖਾਧੀ ਹੈ। ਜਿਹੜੀ ਅਲਥੀ ਆਉਣੀਆਂ ਨਾ ਯੋਗਟ, ਤਾਂ ਫਿਰ ਉਸ ਆਉਂਦੀਆਂ ਸਨ, ਤਾਂ ਮੈਂ ਹੈ ਦੱਸਾਂ ਕਿ ਸ਼ੈਰ ਕਰਾਂ ਤੱਕੋ ਹਲਾ ਇਹ ਪਹਿਲਾਂ ਬੋਤਲ ਕਿਤਨੀ ਮੋਟੀ ਹੋਣੀ ਸੀ, ਹੈ ਵੱਲ ਹੋਣੀ ਸੀ, ਤਾਂ ਹੁਣ ਦੇਖੋ ਕਿ ਜੀ ਬਣਾਈ ਜਿਹੜੀ ਗਾਟਾ ਇਤਨਾ ਪਤਲਾ ਜਿਹਾ ਬਣਾਇਆ ਨੇ। ਇਹ ਇੱਕ ਪੈਕਟ ਇਸ ਬਾਰੇ ਚਾਹਿਆ ਵੈ, ਤਾਂ ਬੜਿਆਂ ਲਈ ਇਹ ਹੈ, ਇਹ ਅਸਾਂ ਇਹ ਚਾਹਿਆ ਸੀ ਇਹ ਯੋਗਟਾਂ, ਅਤੇ ਇਹਨਾਂ ਹੀ ਸੁਣੀਆਂ ਯੋਗਟਾਂ, ਸੁਣ ਕੇ ਨਿਆ ਕਰੋ ਤੁਸਾਂ ਚੁੱਕ ਕਿਹੜੇ ਕਿਹੜੇ ਬੰਦੇ ਕੀ ਖੱਕੜੀ ਪਸੰਦ ਹੈ ਜਾਂ ਜ਼ਰਦਾ ਤਾਰ ਦਮਾਉਣਾ ਪਸੰਦ ਹੈ। ਅਸਾਂ ਆਪਣੀ ਜ਼ਬਾਨ 'ਚ ਦਮਾਉਣਾ ਹੀ ਆਖਦੇ ਹਾਂ ਤੁਸੀਂ ਵਾਟਰਮੈਲਨ, ਅਤੇ ਕਿਹੜੇ ਬੰਦੇ ਕੀ ਖੱਕੜੀ ਪਸੰਦ ਹੈ, ਕਿਹੜੇ ਕੀ ਦਮਾਉਣਾ ਪਸੰਦ ਹੈ। ਮਿਕੀ ਤਾਂ ਦੋਵੇਂ ਪਸੰਦ ਹੈ। ਕੱਲ੍ਹ ਕਹੀ ਹੈ ਪਾਰਕ ਜਾ, ਤਾਂ ਟੋਇਸ ਚਾਣਾ ਸ਼ੁਰੂ ਕਰੀ ਕਹਿੰਦੇ ਸਭਾ ਆਹ ਹੈ ਮੈਂ ਇਹ ਕਿੱਸਾ, ਮੈਂ ਹੈ ਜੇ ਉਧਰ ਮੜੇ ਇਤਨੇ ਪੈਸੇ ਲਵਾਏ, ਇਤਨੀ ਮਹਿੰਗਾਈ ਹੈ, ਤੂੰ ਕਿਤਨੇ ਮਾੜੇ ਖਰਚੇ ਕਰਾਉਣੇ ਹੈ, ਤਾਂ ਤੂੰ ਨਾ ਚਾਹ ਉਹ ਮੈਂ ਕਬ ਚਾਹਿਆ ਤੂੰ ਇਤਨਾ ਵੀ ਉਹ ਮਹਿੰਗਾ ਵੀਹਾਂ ਪਾਉਂਦਾ ਹੋਣਾ, ਮੈਂ ਤੁਸੀਂ ਕੱਲ੍ਹ ਸ਼ੋਅ ਕਰਾਇਆ ਸੀ ਹੈ, ਮੈਂ ਸਿਰ ਨੂੰ ਕੋਈ ਖਾਣੇ ਵਾਲੀ ਚੀਜ਼ ਚਾਹੀ ਕਿ ਮੈਂ ਤੂੰ ਕਿੰਨਾ ਠਾਕਣੀ, ਜਿਹੜੀ ਮਰਜ਼ੀ ਆ ਚਾਹ ਤੂੰ ਖਾਣੇ ਵਾਲੀ ਚੀਜ਼ ਚਾਹ, ਉਹ ਟਿੱਡਾ ਜਿਹਾ ਤਾਂ ਜਾਸੀ ਬੰਦੀ ਹੈ ਖੁਦਾ ਨਹੀਂ ਹੈ, ਇਹ ਤੂੰ ਐਡੇ ਐਡੇ ਮਹਿੰਗੇ ਟੋਇਸ ਕਿਹੜੀ ਤਾਂ ਖੇਡਣੀ ਵੀ ਨਹੀਂ ਨਾ ਖੇਡਣੀ, ਕਿ ਉਹ ਅੱਛੀ ਤਾਂ ਬਾਈ ਹੋਰ ਸੀ ਬਕਸੇ 'ਚ ਹੈ ਖਿਡਾਉਣੇ ਵਾਲਾ ਜਿਹੜਾ ਬੋਕਸ ਉਹਨਾਂ ਨੂੰ ਉੱਥੇ ਬਾਈ ਹੋਰ ਸੀ, ਖਾਣੀ ਤਾਂ ਕੋ ਖੇਡਣੀ ਤਾਂ ਕੋਈ ਨਹੀਂ ਹੈ, ਤਾਂ ਇਕੱਲੀ ਹੈ ਨਾ, ਇਕੱਲੀ ਹੈ ਤਾਂ ਕੁਛ ਨਾਲ ਖੇਡਿਆ ਵਿਚਾਰੀ, ਅਤੇ ਮੈਂ ਵੀ ਕੁਛ ਮੈਂ ਕਿਸ ਤਰ੍ਹਾਂ ਖੇਡਾਂ ਸਰ, ਹੁਣ ਅਸਾਂ ਹੈਗੀਆਂ ਬੁੱਢੇ ਤਾਂ ਸਾਨੂੰ ਖੇਡਣ ਨਹੀਂ ਆਉਣਾ, ਅਸਾਂ ਦਿਲ ਨਹੀਂ ਕਰਨਾ, ਅਸਾਂ ਆਈਆਂ ਜ਼ਰਾ ਕਿ ਦੋ ਘੜੀਆਂ ਜਿਹੜਾ ਕੋਈ ਕੰਮਾਂ ਕੋਈ ਰੈਸਟ ਲੱਭੀ ਹੈ, ਤਾਂ ਬਹੀ ਕੇ ਰੱਖ ਮੰਜੀ ਪਰ ਖੱਟੇ ਪਰ, ਖੱਟ ਤਰੀ ਵੀ ਥਾ ਨਹੀਂ ਪਰ ਖੱਟੇ ਪਰ ਬਹੀ ਗਿਆ ਅਸਾਂ, ਹੈ ਅਸਾਂ ਇਹ ਸੋਚਣੇ ਹੁਣ ਅਸਾਂ ਕਰੋ ਜਿਹੜਾ ਇਹ ਇੰਗਲੈਂਡ ਨਾ ਪਤਾ ਨਹੀਂ ਕਿਆ ਹੈ ਕਿ ਇਸ ਵਾਰੀ ਇਹ ਮੌਸਮ ਹੀ ਐਸਾ ਮੌਸਮ ਆਇਆ ਵੈ, ਐਸਾ ਮੌਸਮ ਹੈ ਯਕੀਨ ਕਰੋ ਕਿ ਜਿਲ੍ਹੇ ਮੈਂ ਤਕੜੀਆਂ ਹੋਈ ਉਹ ਮੈਂ ਕੋਟ ਠੱਪੀ ਤਾਂ ਰੱਖੀ ਛੋੜਾਂ, ਤਾਂ ਮੋਟੇ ਜਿਹੜਾ ਕੱਪੜੇ ਉਹ ਠੱਪੀ ਛੋੜਾਂ ਵਜਾ, ਹੁਣ ਜ਼ਾਹਿਰ ਹੈ ਮੌਸਮ ਹੈ ਗਿਆ ਹੁਣ ਗਰਮੀਆਂ ਨਾ, ਤਾਂ ਚਲੋ ਹੁਣ ਵੈਲੇ ਨੇ ਕੱਢਾਂ ਕਾਟ ਨੇ ਕੱਢਾਂ, ਤਾਂ ਇਹ ਜਿਹੜਾ ਪਤਲੇ ਕੱਪੜੇ ਕੱਢਾਂ ਬਈ, ਸਹਿਜ ਲੈ ਕੱਪੜੇ ਮੈਂ ਕੱਢਣੀਆਂ ਮੋਟੇ ਰੱਖਣੀਆਂ, ਤਾਂ ਗਰਮੀਆਂ ਵਾਲੇ ਕੱਢਣੀਆਂ, ਤਾਂ ਬਾਰਿਸ਼ ਲੱਗੀ ਪਈ ਹੈ ਠੰਡ ਸ਼ੁਰੂ ਹੋਈ ਪਈ ਸੀ, ਅਤੇ ਜਿਹੜਾ ਸਹਿ ਫਿਰ ਮੋੜੀ ਬਣੀਆਂ ਅੱਜ ਚਲੋ ਬਾਰਿਸ਼ ਲੈਣੀ ਆ, ਅੱਜ ਥੋੜ੍ਹੀ ਸਰਦੀ ਆ, ਖਦਰਿਆਂ ਨੇ ਲਾਉਣੀ ਆ ਕੱਪੜੇ, ਤਾਂ ਸਹਿ ਖਦਰੇ ਲਾਉਣੀਆਂ ਬਾਹਰ ਤੋਂ ਪੁੱਛਣੀ ਪੈਣੀ ਹੈ, ਤਾਂ ਗਰਮੀ ਹੋ ਜਾਣੀ ਆ, ਹਦਾਰੀ ਕਸਮੇ ਤਾਂ ਮੀਂਹ ਅਸਾਂ ਕਿਤੇ ਮੌਸਮ ਝਗੜਾ ਚਾੜੇ ਜਾਣਾ, ਹੁਣ ਮਿਕੀ ਸਮਝ ਨਹੀਂ ਲੱਗਣੀ, ਹੁਣ ਬੰਦਾ ਕਰੇ ਤਾਂ ਕਰਿਆ ਕਿਆ ਇਲਾਜ, ਨਾ ਅਸਾਂ ਸ਼ੋਅ ਮਾਰੀ ਸਕਦੇ ਹਾਂ ਤਾਂ ਇੰਗਲੈਂਡ ਵਿੱਚ ਕੱਪੜੇ ਲਾਈ ਤਾ ਵੀ ਅਸਾਂ ਕੋਲ ਨਾਈਸ ਨਾਈਸ ਕੱਪੜੇ ਲਾਏ ਤਾਂ ਗਰਮੀਆਂ ਵਾਲੇ, ਤਾਂ ਨਾ ਕੋਈ ਇਸ ਮੌਸਮ ਵਿੱਚ, ਹੁਣ ਬੰਦਾ ਕਰਿਆ ਕਿਆ, ਸਹਿ ਮੈਂ ਕੋਟ ਬਹਿ ਹੁਣ ਧੋਈ ਦੇ ਤਾਂ ਬਾਈ ਪਰਸਾਂ ਬਕਸੇ 'ਚ, ਸਰਦੀਆਂ 'ਚ ਕੱਟ ਸਾਂ, ਤਾਂ ਫਿਰ ਬਾਹਰ ਬਾਰਿਸ਼ ਤਾਂ ਝੱਖੜ ਦਾ ਬੱਦਲ ਸ਼ੁਰੂ ਨਹੀਂ ਪੈਣਾ, ਕੀ ਕਰੇ ਬੰਦਾ, ਸੁਬਹਾਨ ਅੱਲਾ ਸੁਬਹਾਨ ਅੱਲਾ, ਅੱਲਾ ਨੇ ਹਰ ਚੀਜ਼ ਨਿਆਮਤ ਜਿਹੜਾ ਕੋਈ ਦਿਖਾਉਣੇ ਪਏ ਹੋ ਤੱਕਣੇ ਹੋ ਨਾ, ਸੁਬਹਾਨ ਅੱਲਾ ਬੜਿਆ ਕੋਈ ਸੋਹਣੀ ਆ ਮਿੱਠੀ ਆ ਖੱਕੜੀ, ਖੱਕੜੀ ਇਜ਼ ਖੱਕੜੀ ਇਜ਼ ਮਿੱਠੀ,
ਖਕੜੀ ਇਜ਼ ਸਵੀਟ, ਖਕੜੀ ਇਜ਼ ਹਾਏ ਹਾਏ ਮੈਂ ਜਿਹੜੀ ਉਹ ਮੈਂ ਬੱਕਰੀਆਂ ਕੀ ਬਾਈ ਇੱਛਾ ਲਾ ਉਹ ਮੈਂ ਜੁੜੀਆਂ ਮੈਂ ਹਾਂ ਖਾਂ ਜ਼ਰੈਕ ਪੀਤਾ ਖੱਕਰੀ ਤਾਂ ਨਾਲ ਲਾਸਾਂ ਵਿਲੋਕ ਕੁਸੈ ਨੇ ਸਿਸਟਰਾਂ ਨੇ ਮਾੜੀਆਂ ਫਰੈਂਡਾਂ ਨੇ ਉਹਨਾਂ ਨੇ ਵਿਲੋਕ ਤਕਸਾਂ ਉਹਨਾਂ ਨੇ ਵਿਲੋਕ ਤੱਕੀ ਤਾਂ ਉਹਨਾਂ ਕੀ ਕੁਮਟ ਕਰਸਾਂ ਮਾਂਗੇ ਸਿਸਟਰ ਤੁਸੀਂ ਨਾ ਹੈ ਸਾਡੀ ਵਿਲੋਕ ਸਾਡੇ ਖਰਾ ਕੁੰਡ ਤੱਕਣੀ ਤਾਂ ਅਸੀਂ ਕੁਮਟ ਨਹੀਂ ਕਰਨੀ ਮੇਰੀ ਜ਼ਿੰਦਗੀ ਨਹੀਂ ਜੁੜ ਕੇ ਮੈਂ ਤਾਰੇ ਬਹਿਣੀਆਂ ਦੂਹੇ ਤਰੀਏ ਦਾ ਲੋਕ ਤੱਕੀਆਂ ਸਾਰੇ ਫਿਰ ਸਾਰੇ ਕਵਰੇ ਮੈਂ ਕੋਮਟ ਕਰ ਛੱਡਣੇ ਆ ਅਤੇ ਕਿਵੇਂ ਤੱਕਣੀਆਂ ਮੈਂ ਰਾਮੈਂ ਸਕੂਨ ਹੈ ਨਾਲ ਬਈ ਤਾਂ ਤੱਕੀਆਂ ਕਿਆ ਕਰੀ ਜੀ ਹੈ ਅਗਲੀ ਹੈ ਕਿਸੇ ਵੀ ਲੋਕ ਬਣਾਈ ਰਹੀ ਹੈ ਕਿਆ ਖਾਣੀ ਹੈ ਕਿਆ ਪੀਣੀ ਹੈ ਕਿਸੇ ਭਾਂਡੇ ਧੋਣੀ ਹੈ ਤਾਂ ਕਿਸੇ ਦਾ ਕੰਮ ਕਰਨੀ ਹੈ ਮੈਂ ਤੁਹਾਡੇ ਸਾਰੇ ਵਲੋਗ ਦਿਖ ਰਹੀ ਹਾਂ ਤੁਹਾਡੇ ਚੈਨਲ ਨਾ ਵੈ ਮੇਰੀ ਜ਼ਿੰਦਗੀ ਨਹੀਂ ਜੁੜ ਕੇ ਮੈਂ ਨਾ ਰੱਖੀ ਕਰਾਂ ਹੁਣ ਚੈਨਲ ਨਾ ਮੇਰੀ ਖੱਕੜੀ ਨਹੀਂ ਜੁੜ ਕੇ ਮੇਰੀ ਖੱਕੜੀ ਹੀ ਨਹੀਂ ਜੁੜ ਕੇ ਖਕੜੀ ਖਾਧੀ ਠੰਡੀ ਤਾਂ ਕਸਬੇ ਠੰਡ ਪਈ ਗਈ ਹੈ ਅੱਛਾ ਇੱਕ ਥੋੜ੍ਹਾ ਜਿਹਾ ਸ਼ੂਗਰ ਲਾਉਣੇ ਆ ਸਭ ਮਾੜੀ ਕਿਤੇ ਨੇ ਦਿਹਾੜੀ ਗਏ ਮਗਰ ਲੱਗੀ ਆਉਣੀ ਆ ਅੰਮਾ ਹੋਸਪਿਟਲ ਜਾ ਤਾਂ ਜਾ ਕੁਸਾ ਕੋਲ ਆਂਡੇ ਦੇ 10 ਈਅਰ ਓਲਡ ਬੇਬੀ ਜਾਂ ਸਮੋਲ ਬੇਬੀ ਕਿਊਟ ਬੇਬੀ ਹੋਇਆ ਕਿ ਆਉਣੀ ਤਾਂ ਦੇ ਹੀ ਦੇ ਥੋੜ੍ਹੇ ਜਿਹੇ ਸਭਾ ਨਾਲ ਥੋੜ੍ਹੇ ਸਭਾ ਨਾਲ ਸ਼ੂਗਰ ਲਾਉਣੇ ਆ ਸਭਾ 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 ਇਹ ਨਿਊ ਬੇਬੀ ਆਉਂਦੀ ਹੈ ਉਹ ਤੂੰ ਕਜ਼ਨ ਨੇ ਘਰੋਂ ਆਉਂਦੀ ਹੈ ਨਿਊ ਬੇਬੀ ਤੂੰ ਆਣ ਸੇ ਮਿੱਕੀ ਮੰਮਾ ਕਿਣੀ ਦੇ ਤੂੰ ਆਣ ਸੇ ਕਿਊ ਵਿੱਚ ਬੇਬੀ ਕਿਣੀ ਦੇ ਇਹ ਮੈਂ ਆਉਂਦੀ ਹੈ ਕਿਊਟ ਬੇਬੀ ਆਉਂਦੀ ਆਨਾ ਬੰਦ ਕਰ ਮਿਸਕੀ ਨਾ ਇਹ ਨਿਊ ਬੇਬੀ ਆਉਂਦੀ ਹੈ ਨਾ ਉਹ ਤੂੰ ਉਹ ਮੈਂ ਆਪਣੇ ਕਜ਼ਨਾਂ ਕੋਲੋਂ ਆਉਂਦੀ ਹੈ ਨਾ ਇੱਕ ਗਿਆ ਓਏ ਤੇ ਨਿਊ ਬੇਬੀ ਹੈ ਨੋ ਸਮੋਥ ਕਿਊਟ ਬੇਬੀ ਆ ਨਾ ਅਮਾ ਬੇਟਾ ਹੀ ਆ ਨੋ 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 ਅਮਾ ਯਾ ਪਲ ਜੀ ਇਸ ਨਾਲ ਨਾਰ ਤੇ ਕਰ ਸਕਦਾ ਬੇਬੀ ਨਾ ਤਬਾ ਇਹ ਸਭਾ ਵੇ ਇਸ ਨਾਲ ਹਸ ਤਬਾ ਮੈਂ ਜਿਸ ਇਹ ਬੇਬੀ ਆ ਨਾ ਰੇ ਦੇ ਨਾ ਰੇ ਪੀਸੀ ਬੇਬੀ ਨਾ ਜੀ ਟੋਇਸ ਮੰਮੀ ਟੋਇਸ ਮਲਾ ਚਾਸ ਬੇਬੀ ਚਾ 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 ਬੇਬੀ ਨਾ ਉਹ ਹਸਪੀਟਲ ਆਓ ਹੈ ਹਸਪੀਟਲ ਹਸਪੀਟਲ ਕੁਝ ਆਣਾ ਬੇਬੀ ਹਸਪੀਟਲ ਨਹੀਂ ਦੇਣੇ ਤੇ ਹੈ ਓਕੇ ਓਕਾ ਗਿਆ ਆਣੇ ਪੈਸੇ ਦਿਓ ਪੈਸੇ ਕਿਥੀ ਉਹ ਮਾਰੂ ਕੋ ਨਹੀਂ ਪੈਸੇ ਆਣੇ ਅੱਡੇ ਪੈਸੇ ਦਿਓ ਤਾਂ ਫਿਰ ਤਾਂ ਬੇਬੀ ਦੇਸਾਂ ਬਾਈ ਤੇਰਾ ਹੈ ਇਹ ਬੇਬੀ ਸਿਸ ਇਹ ਬੇਬੀ ਸਿਸ ਨਹੀਂ ਹੈ ਹੂੰ ਇਹ ਟੋਇਸ ਹੈ ਟੋਇਸ ਹੈ ਤੂੰ ਵੀ ਕੱਲੀ ਪੈਣ ਧੀ ਬਹੁਤ ਸ਼ੌਂਕ ਹੈ ਮੈਂ ਵੀ ਤਾਂ ਕੱਲੀ ਪੈਣ ਆਣਾ ਮਾਰੀ ਕੋ ਨਹੀਂ ਪੈਣਾ ਰੇਨਬੋ ਪਲਾਸਾ ਰੇਨਬੋ
ਅਮੀ ਰੇਨਬੋ ਕਪੜਾ ਸਾ ਅਸਾਂ ਕਿ ਕੋਸੇ ਬੇਬੀ ਨਹੀਂ ਜ਼ਰੂਰਤ ਨਹੀਂ ਜੀ ਅਸਾਂ ਆਪਣਾ ਬੇਬੀ ਇਹਦਾ ਹੈ ਮਹਾਰਾਜ ਨਾ ਸੋਨਾ ਆਪਣਾ ਬੇਬੀ ਇਹਦਾ ਅਮਾ ਸੇ ਤੋਤ ਗਦੀ ਹੈ ਕੱਲ ਸਭਾ ਫੋਨ ਨਹੀਂ ਸੀ ਰੱਖਣੀ ਤਾਂ ਮੈਂ ਹੈ ਸਭਾ ਕੀ ਸਭਾ ਉੱਥੇ ਰਾਜ ਲਗੇ ਸੀ ਤਾਂ ਉੱਥੇ ਅਸੀਂ ਕੋਈ ਨਰਸ ਖਲਤੀ ਵੀ ਸੀ ਨਿਆਣੀਆਂ ਹੈ ਅਮਾ ਇਸ ਫੋਨ 'ਚ ਆਇਆ ਤਾਂ ਮੇਰੀ ਤੱਕਣੀ ਹੈ ਮੈਂ ਹੈ ਤੱਕਣੀਆਂ ਅੱਖਾਂ 'ਚ ਡਰੋਪਸ ਪਾ ਸੀ ਇਹ ਫੋਨ ਬੰਦੇ ਜਿਹੜੇ ਜ਼ਿਆਦਾ ਤੱਕੜੇ ਨਾ ਉਹਨਾਂ ਨੇ ਅੱਖਾਂ 'ਚ ਡਰੋਪਸ ਪਾਉਣੀ ਹੈ ਫਿਰ ਘਰ ਆਈਆ ਤਾਂ ਕੁੰਡਾ ਕੁੰਡਾ ਲਾਈ ਰੱਖਣੀ ਹੈ ਆਣੀਆਂ ਮੈਂ ਨਾ ਕੁੰਡਾ ਖੋਲੀ ਨਰਸ ਦੇਣਾ ਮੈਂ ਅੰਦਰ ਉੱਠੀ ਤਾਂ ਫਿਰ ਮੈਂ ਵਾਲੇ ਅੱਖਾਂ 'ਚ ਡਰੋਪਸ ਬਾਸੀ ਤਾਂ ਮੈਂ ਹੈ ਉਸ ਕੈਮਰੇ ਲਾਏ ਵੇ ਕਿ ਕਿਹੜਾ ਬੱਚਾ ਜਿਹੜਾ ਜ਼ਿਆਦਾ ਫੋਨ ਤੱਕਣਾ ਵੈ ਤੂੰ ਸਾਡੇ ਬੱਚੇ ਦੇ ਜ਼ਿਆਦਾ ਫੋਨ ਤੱਕ ਲੈ ਨਰਸ 'ਚ ਨਹੀਂ ਕਾਰ ਡਰੋਪਸ ਬਾਣੀ ਹੈ ਨਾ ਸਭਾ ਹੁਣ ਨਹੀਂ ਜ਼ਿਆਦਾ ਤੱਕੜੀ ਹੁਣ ਤੱਕਿਆ ਬਾਹ ਨਾ ਹੁਣੇ ਤੱਕੜੀ ਜ਼ਿਆਦਾ ਨਹੀਂ ਤੱਕੀ ਨਾ ਫੋਨ ਫਿਰ ਤੱਕਸੀ ਤੱਕੇ ਕੁੰਡਾ ਲੱਗਿਆ ਕੋਈ ਨਹੀਂ ਤੱਕੇ ਕੁੰਡਾ ਲੱਗਿਆ ਕੋਈ ਨਹੀਂ ਇਹ ਰੱਖੀ ਜਾ ਰੱਖੀ ਜਾ ਫੁੱਟ ਫੁੱਟ ਚੈੱਕ ਕਰੀ ਅੱਜ ਫੁੱਟ ਫੁੱਟ ਚੈੱਕ ਕਰੀ ਅੱਜ ਗਈ ਹੈ ਫੁੱਟ ਫੁੱਟ ਕੁੰਡਾ ਤੱਕਣੇ ਤਾਂ ਗਈ ਹੈ ਚੈੱਕ ਚੈੱਕ ਉਧਰ ਵੀ ਕਰੀ ਅੱਜ ਚੈੱਕ ਫੁੱਟ ਫੁੱਟ ਚੈੱਕ ਕਰ ਨਰਸ ਨਾ ਅੰਦਰ ਉੱਠੀ ਚੀਜ਼ ਹੈ ਠੀਕ ਹੈ ਜੀ ਸਲਾਹ ਸਿਮਜ਼ਾ ਹੋ ਗਿਆ ਖਤਮ ਇਸੇ ਨਾਲ ਮੈਂ ਇਜਾਜ਼ਤ ਚਾਹਣੀ ਅੱਲਾ ਸੋਹਣੇ ਵਾਲਾ ਦੋਵਾਂ ਚਾਹ ਰੱਖੀ ਆਪਣਾ ਬਹੁਤ ਸਾਰਾ ਖਿਆਲ ਬੇਬੀ ਸਿਸਟਰ ਹੈ ਬਣਾਈ ਦਿੱਤੀ ਹੈ ਫਿਰ ਮੈਂ ਸਾਰਿਆਂ ਕਿੱਦਾਂ ਫੋਨ ਕੀਤੇ ਕਿਸ਼ਤਾਂ ਕੀਤਾ ਆਣੀਆਂ ਵੀ ਕਿਹਾ ਅੰਟਾ ਦੇ ਅਮੀ ਇਹ ਟੋਇਸ ਹੈ ਇਹ ਟੋਇਸ ਹੈ ਇਹ ਬੀਬੀ ਨਹੀਂ ਹੈ ਅੱਲਾ ਠੀਕ ਹੈ ਜੀ ਅੱਲਾ ਸੋਹਣੇ ਵਾਲਾ ਹੈ ਕਮੈਂਟ ਕਰਿਆ ਪਲੀਜ਼ ਪਲੀਜ਼ ਕਮੈਂਟ ਕਰਿਆ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰਿਆ ਕਰੋ ਸਪੋਰਟ ਕਰੀ ਛੋੜਿਆ ਕਰੋ ਅਸਾਂ ਗਰੀਬਾਂ ਨੇ ਵੀ ਅਸਾਂ ਲੋਕਾਂ ਨੇ ਵੀ